ਕੈਨੇਡਾ ਤੋਂ ਮਾੜੀਆਂ ਮਾੜੀਆਂ ਖਬਰਾਂ ਬਹੁਤ ਸੁਣ ਲਈਆਂ ਅਤੇ ਹੁਣ ਕੈਨੇਡਾ ਚੰਗੀਆਂ ਖਬਰਾਂ ਤੁਹਾਨੂੰ ਦੇ ਰਿਹਾ। ਜੀ ਹਾਂ, ਕੈਨੇਡਾ ਦਾ ਹੁਣ ਮਕਸਦ ਚੰਗੇ ਬੱਚਿਆਂ ਨੂੰ ਬੁਲਾਉਣਾ, ਕੈਨੇਡਾ ਦਾ ਹੁਣ ਮਕਸਦ ਚੰਗੇ ਬੱਚਿਆਂ ਲਈ ਅੱਗੇ ਦਾ ਰਸਤਾ ਸੌਖਾ ਕਰਨਾ, ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਜਿਹੜਾ ਕਿ ਉੱਥੇ ਦਾ ਪ੍ਰੋਵਿੰਸ ਆ ਜਾਂ ਸਟੇਟ ਆ, ਉਹਨੇ ਇੱਕ ਨਵਾਂ ਸਿਸਟਮ ਲਾਂਚ ਕਰ ਦਿੱਤਾ ਹੈ PR ਦਾ। ਜੀ ਹਾਂ, ਇੱਕ ਨਵੀਂ ਕੈਟੇਗਰੀ PR ਦੀ ਸ਼ੁਰੂ ਹੋ ਗਈ ਆ, ਸਟੂਡੈਂਟਸ ਦੇ ਲਈ ਹੈ ਖਾਸ ਕਰਕੇ ਹੈ, ਔਰ ਇਹ 2025 ਤੋਂ ਇਹਦੇ 'ਚ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰਨਗੇ। ਸੋ ਜਿਹੜੇ ਬੱਚੇ ਹੁਣ ਪੜ੍ਹ ਰਹੇ ਨੇ ਉੱਥੇ, ਉਹ 2025 ਤੋਂ ਆਪਣੀ ਐਪਲੀਕੇਸ਼ਨ ਲਾ ਸਕਣਗੇ, ਔਰ ਜਿਹੜੇ ਨਵੇਂ ਜਾਣਗੇ ਉਹ ਵੀ ਉਸ ਤੋਂ ਬਾਅਦ ਲਾ ਸਕਣਗੇ। ਹੁਣ ਇਹਨਾਂ ਨੇ 3 ਕੈਟੇਗਰੀਜ਼ ਲਾਂਚ ਕੀਤੀਆਂ ਨੇ, ਇੱਕ ਬੈਚਲਰ ਡਿਗਰੀ ਪ੍ਰੋਗਰਾਮ, ਮਾਸਟਰਸ ਡਿਗਰੀ ਪ੍ਰੋਗਰਾਮ ਅਤੇ PhD ਪ੍ਰੋਗਰਾਮ। ਮਤਲਬ ਜਿਹੜੇ ਬੱਚੇ ਉੱਥੇ ਜਾ ਕੇ ਬੈਚਲਰ ਡਿਗਰੀ ਕਰਨਗੇ ਉਹ ਸਿੱਧਾ PR ਅਪਲਾਈ ਕਰ ਸਕਣਗੇ। ਉਹਨਾਂ ਕੋਲ ਕੀ ਹੋਣਾ ਚਾਹੀਦਾ? ਬ੍ਰਿਟਿਸ਼ ਕੋਲੰਬੀਆ, ਕੈਨੇਡਾ 'ਚ ਨਹੀਂ, ਬ੍ਰਿਟਿਸ਼ ਕੋਲੰਬੀਆ 'ਚ ਕੀਤੀ ਹੋਈ ਬੈਚਲਰ ਡਿਗਰੀ, ਉਹਦੇ ਨਾਲ ਆਈਲੈਟਸ ਦਾ ਸਕੋਰ 6.5 ਈਚ ਮੋਡਿਊਲ ਅਤੇ ਸਿਰਫ ਲਿਸਨਿੰਗ 'ਚ 7.5। ਸੋ ਜਿਹੜੇ ਬੱਚੇ ਨੇ ਉੱਥੇ ਬੈਚਲਰ ਡਿਗਰੀ ਕੀਤੀ ਹੈ ਉਹਦੇ ਲਈ ਆਈਲੈਟਸ ਸਕੋਰ ਕੱਖ ਵੀ ਨਹੀਂ, ਔਰ ਉਸ ਤੋਂ ਇਲਾਵਾ ਉਹਦੇ ਕੋਲ ਚਾਹੀਦੀ ਹੋਊਗੀ ਇੱਕ ਜੋਬ ਔਫਰ। ਜਦੋਂ ਮੈਂ ਜੋਬ ਔਫਰ ਦੀ ਗੱਲ ਕਰ ਰਿਹਾ ਤਾਂ ਮੈਂ LMIA ਦੀ ਗੱਲ ਨਹੀਂ ਕਰ ਰਿਹਾ, ਸਿਰਫ ਜੋਬ ਔਫਰ ਚਾਹੀਦੀ ਹੈ ਜਿਹੜੀ ਵੀ ਟ੍ਰੇਡ 'ਚ ਤੁਸੀਂ ਡਿਗਰੀ ਕੀਤੀ ਹੈ। ਇਸੇ ਤਰੀਕੇ ਨਾਲ ਜਿਹੜੇ ਬੱਚੇ ਉੱਥੇ ਮਾਸਟਰਸ ਕਰਨਗੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਹੁਣ ਉਹ ਵੀ ਆਪਣੀ ਮਾਸਟਰਸ ਚਾਹੇ 1 ਸਾਲ 'ਚ ਖਤਮ ਕਰ ਲੈਣ ਚਾਹੇ 2 ਸਾਲ 'ਚ ਕਰਨ, ਉਹ ਮਾਸਟਰਸ ਖਤਮ ਕਰਕੇ ਆਪਣਾ ਸਿੱਧਾ PR ਅਪਲਾਈ ਕਰ ਸਕਣਗੇ। ਉਹਨਾਂ ਨੂੰ ਵੀ ਮਾਸਟਰਸ ਡਿਗਰੀ ਜਿਹੜੀ ਉੱਥੇ ਕੀਤੀ ਹੈ ਉਹ ਚਾਹੀਦੀ ਹੈ, ਪਲੱਸ ਆਈਲੈਟਸ ਦਾ ਸਕੋਰ ਜਿਹੜਾ ਮੈਂ ਦੱਸਿਆ ਉਹ ਚਾਹੀਦਾ, ਅਤੇ ਉਹਦੇ ਨਾਲ ਜੋਬ ਔਫਰ ਉਹਨਾਂ ਕੋਲ ਹੋਣੀ ਚਾਹੀਦੀ। ਤੀਸਰੀ ਕੈਟੇਗਰੀ ਉਹਨਾਂ ਨੇ ਜਿਹੜੀ ਲਾਂਚ ਕੀਤੀ ਉਹ PhD ਵਾਲੇ ਸਟੂਡੈਂਟਸ ਲਈ ਹੈ, ਜਿਹੜੇ ਉੱਥੇ PhD ਕਰਨਗੇ। ਉਹਨਾਂ ਲਈ ਥੋੜ੍ਹਾ ਜਿਹਾ ਸਿਸਟਮ ਉਹਨਾਂ ਨੇ ਰਿਲੈਕਸ ਕਰਤਾ, ਉਹਨਾਂ ਕੋਲ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੀਤੀ ਹੋਈ PhD ਦੀ ਡਿਗਰੀ, ਪਲੱਸ ਆਈਲੈਟਸ ਦਾ ਸਕੋਰ ਜੋ ਮੈਂ ਦੱਸਿਆ 6.5 ਈਚ 7.5 ਲਿਸਨਿੰਗ ਦੇ ਵਿੱਚ, ਅਤੇ ਉਹਨਾਂ ਨੂੰ ਕਿਸੇ ਜੋਬ ਔਫਰ ਦੀ ਵੀ ਲੋੜ ਨਹੀਂ ਗੀ, ਉਹ ਸਿੱਧਾ ਆਪਣਾ PR ਅਪਲਾਈ ਕਰ ਸਕਦੇ। ਮਤਲਬ ਇਸ ਕੈਟੇਗਰੀ ਦੇ ਵਿੱਚ ਹੁਣ ਜਿਹੜੇ ਬੱਚੇ ਉੱਥੇ ਜਾ ਕੇ ਡਿਗਰੀਆਂ ਕਰਨਗੇ ਡਿਗਰੀ ਪ੍ਰੋਗਰਾਮਸ ਕਰਨਗੇ, ਜਦੋਂ ਡਿਗਰੀਜ਼ ਆਪਣੀਆਂ ਕੰਪਲੀਟ ਕਰ ਲੈਣਗੇ ਨਾਲ ਆਪਣਾ ਆਈਲੈਟਸ ਵੀ ਕਰਕੇ ਰੱਖ ਦੇਣਗੇ, ਕੋਈ ਵੱਡੀ ਗੱਲ ਨਹੀਂ, ਅਤੇ ਉਸ ਤੋਂ ਬਾਅਦ ਸਿਰਫ ਇੱਕ ਉਹਨਾਂ ਕੋਲ ਜੋਬ ਔਫਰ ਹੋਏਗੀ ਅਤੇ ਉਹ ਆਪਣਾ ਨਾਲ ਦੀ ਨਾਲ PR ਫਾਈਲ ਕਰ ਸਕਣਗੇ ਅਤੇ PR ਹਾਸਲ ਕਰ ਸਕਣਗੇ। ਸੋ ਇਹ ਇੱਕ ਵੱਡੀ ਅਤੇ ਗੁੱਡ ਨਿਊਜ਼ ਹੈ ਜਿਹਦਾ ਫਾਇਦਾ ਬਹੁਤ ਸਾਰੇ ਸਟੂਡੈਂਟਸ ਨੂੰ ਆਉਣ ਵਾਲੇ ਸਮੇਂ 'ਚ ਹੋ ਸਕਦਾ, ਔਰ ਇੱਥੋਂ ਇੱਕ ਚੀਜ਼ ਕਲੀਅਰ ਹੁੰਦੀ ਹੈ ਕਿ ਹੁਣ ਕੈਨੇਡਾ ਨੂੰ ਟੈਲੈਂਟਡ ਸਕਿੱਲਡ ਲੋਕਾਂ ਲਈ ਰਸਤੇ ਸੌਖੇ ਵੀ ਕਰਨੇ ਸ਼ੁਰੂ ਕਰ ਦਿੱਤੇ ਨੇ, ਦੂਜਿਆਂ ਲਈ ਜਿਹੜੇ ਟੇਢੇ ਕੀਤੇ ਨੇ ਇਹਨਾਂ ਲਈ ਸੌਖੇ ਕਰ ਦਿੱਤੇ ਨੇ। ਔਰ ਇਹਦੇ 'ਚ ਮੈਂ ਇੱਕ ਕਨਫਿਊਜ਼ਨ ਵੀ ਤੁਹਾਡੀ ਖਤਮ ਕਰ ਦਿੰਦਾ ਕਿ ਜਿਹੜੇ ਬੱਚੇ ਉੱਥੇ ਡਿਪਲੋਮੇ ਕਰ ਰਹੇ ਆ, ਚਾਹੇ ਉਹ UG ਵਾਲੇ ਡਿਪਲੋਮੇ 2 ਸਾਲ ਦੇ ਕਰ ਰਹੇ ਨੇ ਚਾਹੇ PG ਡਿਪਲੋਮੇ ਕਰ ਰਹੇ ਨੇ, ਉਹ ਬੱਚੇ ਇਸ ਪ੍ਰੋਗਰਾਮ ਲਈ ਐਲੀਜੀਬਲ ਨਹੀਂ ਹੈਗੇ। ਇਹਦੇ 'ਚ ਸਿਰਫ ਉਹੀ ਬੱਚੇ ਐਲੀਜੀਬਲ ਹੋਣਗੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾ ਕੇ ਬੈਚਲਰ ਡਿਗਰੀ, ਮਾਸਟਰਸ ਡਿਗਰੀ ਜਾਂ PhD ਕਰਨਗੇ। ਸੋ ਫਟਾਫਟ ਆਪਣੀਆਂ ਐਪਲੀਕੇਸ਼ਨਸ ਨੂੰ ਸ਼ੁਰੂ ਕਰੋ। ਜਿਹੜੇ ਵੀ ਬੱਚੇ ਚੰਗੀ ਪੜ੍ਹਾਈ ਤੋਂ ਬਾਅਦ ਆਪਣਾ ਸੌਖਾ PR ਹਾਸਲ ਕਰਨਾ ਚਾਹੁੰਦੇ ਆ, ਇਹ ਸਮਾਂ ਉਹਨਾਂ ਨੂੰ ਗੁਆਉਣਾ ਨਹੀਂ ਚਾਹੀਦਾ। ਅੱਜ ਦੇ ਲਈ ਇੰਨਾ, ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।